منگو دعا ماشاءاللہ انج دا نصیب ہووے منگو دعا ماشاءاللہ انج دا نصیب ہووے جد موت آوے سانو جد موت آوے سانو سونا قریب ہووے منگو دعا ماشاءاللہ انج دا نصیب ہووے کی بسم اللہ الرحمن الرحیم السلام علیکم دوستو بزرگو دوستو تہاڈے سامنے میں ایک ویڈیو لے کے حاضر ہویا تسی دیکھ رہے ہو کہ ایک پودا ہے جڑے کہ بڑے خوبصورت جے پتے نے دے تے اور بہت ہی زبردست بڑا اچھا ایک پودا ہے لیکن اس طرح دی پہچان جڑی نا بہت کم ہے گی ہے لہذا تانوں میں اس دی پہچان یہ کرانا کہ جڑے اس دے بیج ہوندے نے یعنی کہ اس پودے نو ایک عام ساری پنجابی زبان دے وچ ہرنولی وی کیا جاندا ہے کیونکہ ویسے تے ہر پودے دا ہر جڑی بوٹی دا مختلف علاقیاں دے وچ مختلف نام ہوندا ہے تے اس نو رنڈ وی کیا جاندا ہے اے رنڈ دا پودا ہے اور اس نو جڑے بیج لگدے نے ਉਹਨਾਂ ਬੀਜਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਔਰ ਉਹ ਬੀਜ ਜਿਹੜੇ ਨੇ ਉਹ ਦੁਆ ਦੇ ਵਿੱਚ ਇਸਤੇਮਾਲ ਹੁੰਦੇ ਨੇ ਔਰ ਬੀਜਾਂ ਦਾ ਤੇਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਇਸ ਦੇ ਜਿਹੜੇ ਬੀਜ ਨੇ ਉਹਨੂੰ ਮੁxtਲਿਫ ਤਰੀਕਿਆਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਔਰ ਉਸ ਨੂੰ ਅਗਰ ਇਕੱਲੇ ਬੀਜ ਜਿਹੜੇ ਨੇ ਉਹਨੂੰ ਕੁੱਟ ਕੇ ਬਾਰੀਕ ਕਰਕੇ ਉਸ ਦਾ ਲੇਪ ਬਣਾ ਕੇ ਉਹ ਕਿਸੇ ਵੀ ਫੋੜੇ ਫਿਣਸੀ ਤੇ ਲਗਾਇਆ ਜਾਵੇ ਉਸ ਦੇ ਨਾਲ ਉਹ ਫੋੜੇ ਦੀ ਜਲਦੀ ਜਿਹੜੀ ਨਾ ਉਹ ਖਲਾਸੀ ਹੋ ਜਾਂਦੀ ਹੈ ਉਹਦਾ ਮਵਾਦ ਜਿਹੜਾ ਜਲਦੀ ਖਾਰਜ ਹੋ ਜਾਂਦਾ ਹੈ ਉਹ ਸਾਫ਼ ਹੋ ਜਾਂਦਾ ਹੈ ਉਸ ਤੋਂ ਇਲਾਵਾ ਜਿਹੜੇ ਇਸ ਦੇ ਬੀਜ ਜਿਹੜੇ ਨੇ ਉਹਨਾਂ ਦਾ ਤੇਲ ਜਿਹੜਾ ਹੈ ਆਇਲ ਜਿਹੜਾ ਹੈ ਉਹ ਇੱਕ ਪਲਾਂਟ ਦੇ ਜ਼ਰੀਏ ਤੇਲ ਕੱਢਿਆ ਜਾਂਦਾ ਹੈ ਜਿਹਨੂੰ ਕਸਟਰਾਇਲ ਕਿਹਾ ਜਾਂਦਾ ਹੈ ਉਹ ਕਸਟਰਾਇਲ ਜਿਹੜਾ ਨਾ ਉਹ ਆਮ ਬਿਮਾਰੀਆਂ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ ਔਰ ਉਹ ਖੁਸ਼ਕੀ ਦੇ ਵਾਸਤੇ ਵੀ ਕੁਛ ਤੇਲਾਂ ਦੇ ਵਿੱਚ ਮਿਕਸ ਕਰਕੇ ਉਹ ਸਰ ਤੇ ਵੀ ਲਗਾਇਆ ਜਾ ਸਕਦਾ ਹੈ ਔਰ ਇਸ ਤੋਂ ਇਲਾਵਾ ਉਹ ਕਬਜ਼ ਵਾਸਤੇ ਬਿਹਤਰੀਨ ਜਿਹੜਾ ਨਾ ਉਹ ਇਸਤੇਮਾਲ ਕੀਤਾ ਜਾਂਦਾ ਹੈ ਦੁੱਧ ਦੇ ਅੰਦਰ ਸ਼ਾਮਿਲ ਕਰਕੇ ਤੇ ਉਹਨੂੰ ਇਸਤੇਮਾਲ ਕੀਤਾ ਜਾਂਦਾ ਹੈ ਔਰ ਇਸ ਤੋਂ ਇਲਾਵਾ ਵੀ ਦੇਖੋ ਇੱਕ ਜੜੀ ਬੂਟੀ ਦੇ ਵਿੱਚ ਅੱਲਾਹ ਤਾਲਾ ਨੇ ਕਿੰਨੇ ਜ਼ਿਆਦਾ ਸ਼ਫਾ ਵੀ ਰੱਖੀ ਹੈ ਫਾਇਦੇ ਵੀ ਰੱਖੇ ਨੇ ਅਤੇ ਉਮੀਦ ਹੈ ਕਿ ਇਨਸ਼ਾਅੱਲਾ ਇਹ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ ਇਜਾਜ਼ਤ ਅੱਲਾ ਹਾਫਿਜ਼ ਅਸਲਾਮ ਅਲੈਕੁਮ ਵਰਹਿਮਤੁਲਾ ਸਰਕਾਰ ਨੂੰ ਕਵਾਂਗੇ ਗਮ ਹੋ ਗਏ ਬਦੇਰੇ ਸਰਕਾਰ ਨੂੰ ਕਵਾਂਗੇ ਦਰਦਾਂ ਪਾਏ ਗੇਰੇ ਦਰਦਾਂ ਨੇ ਪਾਏ ਗੇਰੇ ਸਰਕਾਰ ਨੂੰ ਕਵਾਂਗੇ ਦਰਦਾਂ ਨੇ ਪਾਏ ਗੇਰੇ